ਬਟਾਲਾ ਵਿੱਚ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਦੇਰ ਸ਼ਾਮ ਪਿੰਡ ਵਰਿਆਲ ਵਿਖੇ ਇੱਕ ਗੁਪਤ ਸੂਚਨਾ ਮਿਲਣ ਤੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਨਾਲ ਜੁਆਇੰਟ ਰੇਡ ਕਰਕੇ ਪਰ ਇੱਕ ਘਰ ਵਿੱਚੋਂ ਤਲਾਸ਼ੀ ਕਰਦੇ ਹੋਏ ਕਰੀਬ 168 ਬੋਤਲਾਂ 14 ਪੇਟੀਆਂ ਚੰਡੀਗੜ੍ਹ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਹ ਸ਼ਰਾਬ ਘਰ ਵਿੱਚ ਬੋਰੀਆਂ ਵਿੱਚ ਲੁਕਾ ਕੇ ਰੱਖੀ ਹੋਈ ਸੀ। ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਇਸ ਨੌਜਵਾਨ ਦੇ ਖਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਗੁਰਪ੍ਰੀਤ ਹੈ ਜੀ, ਮੈਂ ਬਟਾਲੇ ਤੋਂ ਠੇਕੇਦਾਰ ਹਾਂ ਜੀ। ਅੱਜ ਮਾਨਯੋਗ ਸਹਾਇਕ ਆਬਕਾਰੀ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਜੀ ਨੇ ਆਪਣੀ ਟੀਮ 'ਚ ਆਬਕਾਰੀ ਅਫਸਰ ਰਜਿੰਦਰ ਤਨਵਰ ਜੀ, ਐਕਸਾਈਜ਼ ਇੰਸਪੈਕਟਰ ਸੁਰਿੰਦਰ ਕਾਲੋ ਜੀ, ਅਜੇ ਸ਼ਰਮਾ ਜੀ, ਸੁਖਵੀਰ ਜੀ ਨੂੰ ਇੱਕ ਸਪੈਸ਼ਲ ਟੀਮ ਬਣਾ ਕੇ ਪਿੰਡ ਬਰਿਆੜ ਵਿਖੇ ਰੇਡ ਕੀਤਾ। ਉਹਦੇ ਵਿੱਚ ਉੱਥੋਂ ਕੋਈ ਸਾਵਨਜੀਤ ਹੈ ਜੀ, ਸਾਵਨਜੀਤ ਸਨ ਉਹ ਬਲਵੰਤ ਸਿੰਘ, ਉਸਦੇ ਘਰੋਂ ਰੇਡ ਦੌਰਾਨ 168 ਬੋਤਲਾਂ ਕੈਸ਼ ਵਿਸਕੀ ਬਰਾਮਦ ਹੋਈ। ਸਰਕਾਰੀ ਚੂਨਾ ਬਹੁਤ ਹਾਈ ਲੈਵਲ 'ਤੇ ਲੱਗਦਾ ਜੀ। ਇਹ ਠੇਕੇ ਤੋਂ ਜੀ 350 ਰੁਪਏ ਦੀ ਬੋਤਲ ਸੇਲ ਹੁੰਦੀ ਹੈ। ਇਹ ਨਜਾਇਜ਼ੀ ਹੈ ਬਾਹਰੋਂ ਜਿਹੜੀ 2 ਨੰਬਰ 'ਚ ਲਿਆ ਕੇ ਅਤੇ ਸਾਡੇ ਠੇਕੇ ਦੀਆਂ ਸੇਲਾਂ ਖਰਾਬ ਕਰਦੇ ਹੁੰਦੇ। ਨਹੀਂ, ਬੰਦਾ ਜਿਹੜਾ ਸਾਵਨਜੀਤ ਹੈ ਜੀ, ਉਹ ਜਦੋਂ ਪੁਲਿਸ ਪਾਰਟੀ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਜੀ। ਕਾਰਵਾਈ ਜੀ ਸਾਡੇ ਡਿਪਾਰਟਮੈਂਟ ਜਿਹੜੇ ਥਾਣਾ ਘੁਮਾਣ ਵਿਖੇ ਉਹਦੇ ਖਿਲਾਫ਼ ਸਾਵਨਜੀਤ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ। ਹਾਂਜੀ, ਪਤਾ ਲੱਗਾ ਜੀ ਸਿਆਸੀ ਸ਼ਹਿਰ 'ਤੇ ਵੇਚਦਾ ਪਿਆ, ਉਹ ਇਨਕੁਆਇਰੀ ਚੱਲਦੀ ਪਈ ਹੈ ਜੀ। ਸਾਡਾ ਡਿਪਾਰਟਮੈਂਟ ਜਿਹੜਾ ਉਹਦਾ ਬਰੀਕੀ ਨਾਲ ਜਾਂਚ ਕਰਕੇ ਜੀ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਗੜੀ ਮੀਡੀਆ ਗੜੀ ਦੱਸੇ ਜਾਣਗੇ। ਰਜਿੰਦਰ ਕੁਮਾਰ ਤਨਵਰ ਹੈ ਜੀ। ਇਹ ਸਾਨੂੰ ਇੱਕ ਮੁਖਬਰ ਤੋਂ ਇਤਲਾਹ ਮਿਲੀ ਸੀ ਵੀ ਉਹ ਸਾਵਨਜੀਤ ਸਿੰਘ ਪਿੰਡ ਬਰਿਆਰ ਜਿਹੜਾ ਚੋਰੀ ਛੁਪੇ ਜਿਹੜਾ ਹੈਗਾ ਲੋਕਾਂ ਨੂੰ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ਜਿਹਦੇ ਨਾਲ ਠੇਕੇਦਾਰਾਂ ਨੂੰ ਬੜਾ ਨੁਕਸਾਨ ਹੋ ਰਿਹਾ ਸੀ। ਇਸ ਕਰਕੇ ਅੱਜ ਅਸੀਂ ਉਹਦੇ ਘਰ ਰੇਡ ਕੀਤੀ ਹੈ ਅਤੇ ਰੇਡ ਕਰਨ ਦੌਰਾਨ ਉਹਦੇ ਪੇਟੀ ਦੇ ਵਿੱਚ ਆਪਣੇ ਟਰੰਕ ਦੇ ਵਿੱਚ ਜਿਹੜੀ 4 ਬੋਰੀਆਂ ਦੇ ਵਿੱਚ ਕਰੀਬ 14 ਪੇਟੀਆਂ ਦੇ ਕਰੀਬ ਜਿਹੜੀ ਹੈ ਸ਼ਰਾਬ ਬਰਾਮਦ ਹੋਈ, ਜਿਹਦਾ ਮਾਰਕਾ ਕੈਸ਼ ਪਰ ਸੇਲ ਇਨ ਪੰਜਾਬ ਸੀ। ਜੋ ਸੁਣਨ ਦੇ ਵਿੱਚ ਆਇਆ ਇਹ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਸੀ। ਉਹ ਮੌਕੇ 'ਤੇ ਹੀ ਤੁਹਾਡੇ ਸਾਹਮਣੇ ਉਹ ਕਹਿ ਰਿਹਾ ਸੀ ਵੀ 4-5 ਵਾਰੀ ਪਹਿਲੇ ਮੇਰੇ ਤਲਾਸ਼ੀ ਲਈ ਗਈ ਪਰ ਕੋਈ ਮਿਲਿਆ ਨਹੀਂ, ਇਸ ਕਰਕੇ ਮੈਨੂੰ ਤੰਗ ਕੀਤਾ ਜਾ ਰਿਹਾ। ਪਰੰਤੂ ਉਹ ਪਹਿਲੇ ਹੀ ਉਹਨੂੰ ਜਾਂ ਤਾਂ ਇਤਲਾਹ ਮਿਲ ਜਾਂਦੀ ਸੀ ਜੇ ਉਹਨੂੰ ਘਰ ਸਮਾਨ ਨਹੀਂ ਮਿਲਦਾ ਸੀ। ਅੱਜ ਅਸੀਂ ਬੜੇ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਜੋ ਰੇਡ ਕੀਤਾ ਉਹ ਸਾਡਾ ਕਾਮਯਾਬ ਹੋਇਆ। ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਕਾਲੋਂ, ਐਕਸਾਈਜ਼ ਇੰਸਪੈਕਟਰ ਜੀ। ਸੁਰਿੰਦਰ ਜੀ, ਅੱਜ ਕਿੱਥੇ ਰੇਡ ਕੀਤੀ ਤੇ ਕੀ ਹੋਇਆ? ਅੱਜ ਮੁਖਰੀ ਦੇ ਹਾਰ ਤੇ ਪਿੰਡ ਬਰਿਆਰ ਆ ਜੀ ਥਾਣਾ ਘੁਮਾਉਣ ਦੇ ਰੇਡ ਕੀਤਾ ਗਿਆ ਜੀ, ਜਿਹਦੇ ਵਿੱਚ 168 ਬੋਤਲਾਂ 14 ਪੇਟੀਆਂ ਸ਼ਰਾਬ ਫੜੀ ਗਈ। ਮਾਰਕਾ ਕੈਸ਼ ਆ ਜੀ, ਇਹ ਬਣੀ ਹੋਈ ਹੈ ਜੀਰੇ ਦੀ ਜੀ, ਮਾਲਬਰੋ ਦੀ ਜੀ, ਅਤੇ ਉਹ ਬੰਦੇ ਨੂੰ ਇੱਥੇ ਪਰਚਾ ਦਰਜ ਕਰਾ ਰਹੇ। ਕੀ ਲੱਗਦਾ ਜੀ ਕਿੰਨੇ ਕੁ ਦਾ ਮਾਲ ਹੋਏਗਾ ਜੀ? ਨੀਅਰ ਅਬਾਊਟ 50,000 ਤੋਂ ਉੱਪਰ ਉੱਪਰ ਜੀ। ਪਾਰਟੀ ਪੂਰਟੀ ਕੋਈ ਨਹੀਂ ਪਤਾ ਸਾਨੂੰ ਜੀ, ਇਹਨੇ ਮੁਖਬਰੀ ਆਧਾਰ 'ਤੇ ਕਹਿੰਦੇ।